ਸਾਰੇ ਜਿਹੜੀ ਵਿਰੋਧੀ ਪਾਰਟੀਆਂ ਨੇ ਸਿਆਸੀ ਡਰਾਮਾ ਇਹਨਾਂ ਦਾ ਦੇਖ ਦੇਖ ਕੇ ਨਜ਼ਾਰਾ, ਮੈਨੂੰ ਪਤਾ ਨਹੀਂ ਕਿ ਹਸਾਂ ਕੀ ਲੋਆ ਲੋਕਾਂ ਦੇ ਨਾਲ ਲੋਆ। ਹੁਣ ਖਹਿਰਾ ਸਾਹਿਬ ਹੈਗੇ, ਪਹਿਲੀ ਗੱਲ ਤਾਂ ਆਪਣਾ ਅਸਤੀਫਾ ਜਿਹੜਾ ਦਿੱਤਾ ਉਹ ਇੱਕ ਲਾਈਨ ਲਿਖਣੀ ਹੁੰਦੀ ਕਿ ਮੈਂ ਅਸਤੀਫਾ ਦਿੰਦਾ, ਉਹਨਾਂ ਨੇ ਦੋ ਪੰਨਿਆਂ ਦੀ ਰਾਮ ਕਹਾਣੀ ਲਿਖ ਕੇ ਇਹ ਨਹੀਂ ਲਿਖਿਆ ਕਿ ਅਸਤੀਫਾ ਦੇ ਰਿਹਾ। ਸੋ ਉਹ ਅਸਤੀਫਾ ਦਾ ਫੋਰਮੈਟ ਹੀ ਗਲਤ, ਜਿਹਦੇ ਕਰਕੇ ਉਹਨਾਂ ਦਾ ਅਸਤੀਫਾ ਰੱਦ ਹੋ ਜਾਊਗਾ। ਉਹਦੇ ਬਾਅਦ ਜਾ ਕੇ ਕਾਗਜ਼ ਭਰਤੇ, ਕਾਗਜ਼ ਉਹ ਭਰ ਨਹੀਂ ਸਕਦੇ ਜਦੋਂ ਤਾਂ ਅਸਤੀਫਾ ਨਹੀਂ ਐਕਸੈਪਟ ਹੁੰਦਾ। ਸੋ ਅਸਤੀਫਾ ਐਕਸੈਪਟ ਹੋਇਆ ਨਹੀਂ ਹੈਗਾ, ਕਾਗਜ਼ ਰੱਦ ਹੋ ਜਾਣਗੇ। ਲੋਕਾਂ ਨੂੰ ਬੇਵਕੂਫ ਬਣਾ ਰਹੇ, ਰਾਜਾ ਵੜਿੰਗ ਦੇ ਨਾਲ ਮੀਟਿੰਗ ਕਰੀ ਜਾ ਰਹੇ ਨੇ। ਸੋ ਇਹ ਰਾਜਾ ਵੜਿੰਗ ਤਾਂ ਕਿੰਨਾ ਵੱਡਾ ਡਰਾਮਾਬਾਜ਼ ਹੈਗਾ, ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਕਿੰਨੀ ਵੱਡੀ ਧੋਖੇਬਾਜ਼ ਹੈਗੀ। ਉਹਨੇ ਇਸ ਬੁਢਲਾਡੇ ਹਲਕੇ 'ਚ ਦੋ ਸਾਲ 'ਚ ਇੱਕ ਦਿਨ ਸ਼ਕਲ ਨਹੀਂ ਦਿਖਾਈ ਕਿਸੇ ਝਾੜੂ ਵਾਲੇ MLA ਨੇ। ਸੋ ਝਾੜੂ ਆਪ ਖੇਰੂ ਖੇਰੂ ਨਹੀਂ ਹੋ ਗਿਆ, ਲੇਕਿਨ ਧੋਖਾ ਲੋਕਾਂ ਨਾਲ ਕੀਤਾ, ਹੁਣ ਲੋਕਾਂ ਦੇ ਵਿੱਚ ਵੜਨ ਲਾਇਕ ਨਹੀਂ ਹੈਗੇ। ਸੋ ਇਹ ਤਿੰਨੋਂ ਵਿਧਾਇਕ ਇਕੱਲੇ ਇਸ ਆਪਣੇ ਇਲਾਕੇ ਤੋਂ ਭੱਜ ਕੇ ਇੱਥੇ ਆਏ, ਕਿਉਂਕਿ ਦੋ ਸਾਲ ਆਪਣੇ ਇਲਾਕੇ 'ਚ ਕੁਛ ਨਹੀਂ ਕੀਤਾ। ਹੁਣ ਇਸ ਇਲਾਕੇ ਵਿੱਚ ਜਿੱਥੇ ਵਿਕਾਸ ਹੋਇਆ ਸੀ ਉਸ ਵਿਕਾਸ ਨੂੰ ਵੀ ਰੋਕ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਆਏ ਨੇ। 19 ਤਰੀਕ ਦੇ ਬਾਅਦ ਇੱਥੇ ਨਜ਼ਰ ਨਹੀਂ ਆਉਣਾ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।